बिस्मिल्लाहिर्रहमानिर्रहीम अल्हम्दुलिल्लाह 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 असी आज मशक नंबर चार शुरू करांगे इहदे सीन दे नाल अलफ किदां लगाई दा सीन दे नाल बे किदां लगाई दी है इहदे नाल नाल असी ये मशक मुकम्मल करांगे ते दोस्तां दी फरमाइश है कि इहदे नाल इंग्लिश भी दसनी चाहीदी है ओह भी अनकरीब असी शुरू कर रहे हैं ਉਹਦਾ ਵੀ ਇਨਸ਼ਾਅੱਲਾ ਅੱਛਾ ਰਿਜ਼ਲਟ ਆਏਗਾ ਕੋਸ਼ਿਸ਼ ਕਰਾਂਗੇ ਅੱਛੇ ਤਰੀਕੇ ਨਾਲ ਸਮਝਾਉਣ ਦੀ ਅਲਹਮਦੁਲਿਲਾ ਬਿਸਮਿਲ੍ਲਾਹਿਰਰਹਮਾਨਿਰਰਹੀਮ ਸਾਡੇ ਮਸ਼ਕ ਹੈ ਜੀ ਮਸ਼ਕ ਨੰਬਰ 37 ਸਬਕ ਹੈ ਸੀਨ ਕਾਫ ਸਾਕ ਇੱਦਾਂ ਦੇ ਕੋਨੇ ਨਾਲ ਬਣਨਗੇ ਇੱਥੇ ਤੱਕ ਇਹਨੂੰ ਲਿਜਾਵਾਂਗੇ ਅਸੀਂ ਅਤੇ ਫਿਰ ਕਾਫ ਬਣਾਵਾਂਗੇ ਮਸ਼ਕ ਜਿਹੜੀ ਹੈ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਹੈ ਕਿਉਂਕਿ ਅਸੀਂ ਇਹਨੂੰ ਵਕਤ ਦੀ ਵਜ੍ਹਾ ਨਾਲ ਇੱਕ ਅੱਧੀ ਲਾਈਨ ਲਿਖਣੀ ਹੁੰਦੀ ਹੈ ਤਾਂ ਕਿ ਲਫਜ਼ਾਂ ਦਾ ਜਿਹੜਾ ਨਾ ਪਤਾ ਲੱਗ ਜਾਵੇ ਬਸ ਤੁਸੀਂ ਜ਼ਿਆਦਾ ਮਸ਼ਕ ਕਰੋਗੇ ਤਾਂ ਜ਼ਰਾ ਜਲਦੀ ਕਵਰ ਹੋ ਜਾਵੇਗਾ ਹੁਣ ਅਸੀਂ ਲਫਜ਼ ਦੋ ਲਿਖਣੇ ਹੁੰਦੇ ਆ ਸੱਗ ਔਰ ਡੰਡੇ ਨਾਲ ਸੱਗ ਇਹ ਡੰਡਾ ਜਿਹੜਾ ਬਰੀਕ ਹੋਣਾ ਚਾਹੀਦਾ ਜਿਹੜਾ ਉੱਪਰ ਇਹਦੇ ਬਣਾਇਆ ਅਸੀਂ ਇਹ ਸੀਨ ਲਫਸਾ ਹੀ ਆ ਪਹਿਲੇ ਜਿਹੜਾ ਡੰਡਾ ਲਗਾ ਤਾ ਦੂਸਰਾ ਡੰਡਾ ਲਗਾ ਤਾ ਹੈ ਬੇ ਦੀ ਸ਼ਕਲ ਆ ਇਹ ਤੁਸੀਂ ਨੀਚੇ ਵੀ ਲਿਖਣਾ ਵਾ ਤਾਂ ਕਿ ਸਫ਼ਾ ਜਿਹੜਾ ਨਾ ਪੂਰਾ ਲਿਖਿਆ ਜਾਵੇ ਇਹ ਸੀ ਜੀ ਸਾਡਾ ਅੱਜ ਦਾ ਸਬਕ ਲੈਡ ਪੈਨਸਲ ਦੇ ਨਾਲ